ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮੁਲਾਕਾਤ ਇੱਕ ਅਜਿਹੀ ਖਾਸ ਸ਼ਖਸੀਅਤ ਦੇ ਨਾਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਸਮਾਜ ਸੇਵੀ ਕਹਿਣਾ ਜਾਂ ਇਹ ਕਹਿ ਲਓ ਕਿ ਮਨੁੱਖਤਾ ਦੀ ਸੇਵਾ ਕਰਨ ਵਾਲੇ ਸ਼ਖਸੀਅਤ ਕਹਿਣਾ ਇੱਕ ਅਤਕਥਨੀ ਨਹੀਂ ਹੋਵੇਗੀ, ਪਰ ਮੈਂ ਇਹਨਾਂ ਦੇ ਲਈ ਇੱਕ ਨਾਮ ਜਿਹੜਾ ਜੀ ਲੋਕ ਨਾਇਕ ਦਾ ਨਾਮ ਮੈਂ ਸੋਚ ਰਿਹਾ ਕਿ ਇਹਨਾਂ ਨੂੰ ਜੇਕਰ ਉਸ ਨਾਮ ਦੇ ਨਾਲ ਨਿਵਾਜਿਆ ਜਾਵੇ ਤਾਂ ਉਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਹੁਣ ਅਗਲੇ ਗੱਲ ਤੋਰਾਂਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਲੋਕ ਨਾਇਕ ਕਿਉਂ ਹਨ, ਕਿਉਂ ਇੱਕ ਇਹ ਅਜਿਹੀ ਸ਼ਖਸੀਅਤ ਹੈ ਜਿਸਨੇ ਕਿ ਆਪਣੀ ਜ਼ਿੰਦਗੀ ਜਿਹੜੀ ਕਿ ਖੁਸ਼ਗਵਾਰ ਜ਼ਿੰਦਗੀ ਆਪਾਂ ਪਰਿਵਾਰਾਂ 'ਚ ਜੀਨੇ ਹਾਂ ਉਸ ਰਸਤੇ ਨੂੰ ਛੱਡ ਕੇ ਇੱਕ ਐਸੇ ਰਸਤੇ ਨੂੰ ਅਪਣਾਇਆ ਜਿਸ ਦੇ ਵਿੱਚ ਸੱਚੀ ਮੁੱਚੀ ਜਿਹੜੀ ਸੇਵਾ ਹੈ ਲੋਕਾਈ ਦੀ ਉਹ ਜਿਹੜਾ ਰਾਹ ਇਹਨਾਂ ਨੇ ਚੁਣਿਆ। ਸੋ ਮੇਰੀ ਮੁਰਾਦ ਸਾਡੀ ਅੱਜ ਦੀ ਖਾਸ ਸ਼ਖਸੀਅਤ ਸਰਦਾਰ ਸ਼ਮਸ਼ੇਰ ਸਿੰਘ ਜੀ ਹੋਰਾਂ ਤੋਂ ਹੈ। ਸੋ ਸ਼ਮਸ਼ੇਰ ਸਿੰਘ ਜੀ ਤੁਹਾਡਾ ਨਿੱਘਾ ਸਵਾਗਤ ਜੀ ਹੈ। ਬਹੁਤ ਬਹੁਤ ਧੰਨਵਾਦ ਜੀ, ਸਮੂਹ ਸਰੋਤਿਆਂ ਨੂੰ ਸਤਿਕਾਰ ਸਹਿਤ, ਸਤਿ ਸ਼੍ਰੀ ਅਕਾਲ। ਸੰਸਥਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਤੁਸੀਂ ਇਸ ਗੱਲ ਨੂੰ ਸ਼ਾਇਦ ਸੁਣਿਆ ਵੀ ਹੋਏਗਾ, ਇਹਨਾਂ ਦੇ ਬਾਰੇ ਬਹੁਤ ਸਾਰੇ ਦਰਸ਼ਕਾਂ ਨੇ ਤੁਹਾਡੇ 'ਚੋਂ ਨਾਮ ਜ਼ਰੂਰ ਸੁਣਿਆ ਹੋਏਗਾ। ਔਰ ਜਿਹੜੀ ਸੰਸਥਾ ਹੈ ਜੀ ਉਹ ਹੈ ਪ੍ਰਭ ਆਸਰਾ, ਉਸ ਪਰਮਾਤਮਾ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਮ ਦੇ ਨਾਲ ਸੰਬੰਧਿਤ, ਉਸ ਨਾਮ ਨੂੰ ਜਿਹੜਾ ਹੈ ਜੀ ਵਿੱਚ ਵਰਤਦਿਆਂ ਇਹ ਨਾਮ ਰੱਖਿਆ ਗਿਆ ਪ੍ਰਭ ਆਸਰਾ। ਸੋ ਆਪਾਂ ਸਿੱਧੀ ਗੱਲਬਾਤ ਲੈ ਕੇ ਚੱਲਦੇ ਹਾਂ ਸ਼ਮਸ਼ੇਰ ਸਿੰਘ ਜੀ ਹੋਰਾਂ ਤੋਂ, ਔਰ ਅਸੀਂ ਵਿੱਚ ਵਿੱਚ ਤੁਹਾਨੂੰ ਹੋ ਸਕਦਾ ਕੁਛ ਵੀਡੀਓ ਕਲਿਪਿੰਗਸ ਵੀ ਦਿਖਾਈਏ ਪ੍ਰਭ ਆਸਰਾ ਦੀਆਂ, ਜਿਹੜੀ ਕਿ ਇੰਸਟੀਚਿਊਟ ਔਰ ਕੀ ਹੈ ਪ੍ਰਭ ਆਸਰਾ। ਸੋ ਆਓ ਆਪਾਂ ਜਾਣਦੇ ਹਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਹੋਰਾਂ ਤੋਂ। ਸ਼ਮਸ਼ੇਰ ਸਿੰਘ ਜੀ, ਹੈਲੋ ਕੈਨੇਡਾ ਦੇ ਜਿਹੜੇ ਦਰਸ਼ਕ ਹਨ, ਕੈਨੇਡਾ ਔਰ ਅਮੈਰੀਕਾ ਜਾਂ ਆਸਟ੍ਰੇਲੀਆ ਦੇ ਵਿੱਚ ਹੋਰ ਵਿਦੇਸ਼ਾਂ 'ਚ ਵੱਸਦੇ, ਉਹਨਾਂ ਦੀ ਜਾਣਕਾਰੀ ਲਈ ਦੱਸੋ ਕਿ ਇਹ ਪ੍ਰਭ ਆਸਰਾ ਇੰਸਟੀਚਿਊਟ ਜਾਂ ਇਹ ਜਿਹੜੀ ਸੰਸਥਾ ਹੈ ਕੀ ਹੈ, ਕਦੋਂ ਤੋਂ ਹੋਣ ਦੇ ਵਿੱਚ ਆਈ ਹੈ ਅਤੇ ਕਿਹਨਾਂ ਦੀ ਸੇਵਾ ਦੇ ਵਿੱਚ ਤੁਸੀਂ ਲੱਗੇ ਹੋਏ ਹੋ? ਹਾਂਜੀ, ਜਦੋਂ ਵੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕਿਸੇ ਵੇਲੇ ਵੀ ਇਨਸਾਨ ਬੇਵੱਸ ਲਾਚਾਰ ਹੋ ਜਾਂਦਾ ਹੈ, ਭਾਵੇਂ ਉਹ ਹਾਲਾਤਾਂ ਕਰਕੇ ਇਹਨਾਂ ਸਟ੍ਰੈਸ ਦੇ ਤਾਂ ਹਾਲਾਤਾਂ ਨੇ ਕਿ ਉਹ ਡਿਪਰੈਸ਼ਨ ਚਲੇ ਗਿਆ, ਕੁਛ ਡਿਮੈਂਸ਼ੀਆ, ਮਤਲਬ ਕਿਸੇ ਵੀ ਕਾਰਨ ਉਹ ਆਪਣੀ ਸੰਭਾਲ ਤੋਂ ਜੇ ਬੇਵੱਸ ਲਾਚਾਰ ਹੋ ਗਏ ਕਿਸੇ ਟ੍ਰੈਜਡੀ ਕਰਕੇ ਵੀ, ਉਹ ਫਿਰ ਅੱਜ ਰੁਲ ਰਿਹਾ ਹੈ, ਰੁਲ ਰੁਲ ਕੇ ਮਰ ਰਿਹਾ ਹੈ, ਭਾਵੇਂ ਉਹ ਡਿਮੈਂਸ਼ੀਆ ਕਰਕੇ ਸੜਕਾਂ 'ਤੇ, ਡਿਪਰੈਸ਼ਨ ਕਰਕੇ, ਅਤੇ ਭਾਵੇਂ ਉਹ ਆਪਣੀ ਕੋਠੀਆਂ ਦੇ ਵਿੱਚ ਘਰਾਂ ਦੇ ਵਿੱਚ ਹੈ, ਸਿਰ ਪਰ ਛੱਤ ਵੀ ਨਹੀਂ ਹੁੰਦੀ ਅਤੇ ਭੁੱਖਾ ਪਿਆਸਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਕਿਸੇ ਨੂੰ ਦੁੱਖੜੇ ਸੁਣਾਵੇ, ਹਾਲਾਤਾਂ ਦੀ ਭਿਅੰਕਰ ਪੀੜਾ ਜਰ ਰਿਹਾ ਹੈ, ਅਤੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ 'ਤੇ ਲੋਕਤੰਤਰ ਦੇਸ਼ ਦੇ ਵਿੱਚ ਜਿਸ ਵੇਲੇ ਉਹ ਬੇਬਸ ਅਤੇ ਲਾਚਾਰ ਹੋ ਗਿਆ ਉਸ ਵੇਲੇ ਫਿਰ ਉਹ ਰੋਲ ਕੇ ਮਰ ਰਿਹਾ ਹੈ। ਇਹ ਮਤਲਬ ਉਹ ਨਾਗਰਿਕ ਜਿਹਨਾਂ ਨੂੰ ਸੰਭਾਲ, ਜਿਹਨਾਂ ਨੂੰ ਇਲਾਜ, ਜਿਹਨਾਂ ਨੂੰ ਪੁਨਰਵਾਸ ਦਾ ਮੌਕਾ ਮਿਲਣਾ ਚਾਹੀਦਾ ਹੈ ਪਰ ਨਹੀਂ ਮਿਲ ਰਿਹਾ, ਅਤੇ ਜਿਸ ਕਰਕੇ ਮਤਲਬ ਉਹ ਸੀਰੀਅਸ ਵੀ ਹੁੰਦੇ ਆ, ਅੱਤ ਦੀ ਸਰਦੀ ਹੋਵੇ, ਗਰਮੀ ਹੋਵੇ, ਹਨੇਰੀਆਂ ਹੋਣ, ਝੱਖੜ ਹੋਣ, ਅਤੇ ਉਸ ਦੇ ਵਿੱਚ ਭੁੱਖੇ ਪਿਆਸੇ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੀਆਂ ਸਾਡੀਆਂ ਹੱਡਬੀਤੀਆਂ ਉਹ ਦੱਸੀਆਂ ਨਹੀਂ ਜਾ ਸਕਦੀਆਂ, ਜਿਹਦੇ ਵਿੱਚ 80 ਸਾਲ ਦੀ ਔਰਤ ਵੀ ਅਤੇ ਮਤਲਬ ਜ਼ੁਲਮਾਂ ਤੋਂ ਪੀੜਿਤ ਹੋ ਕੇ ਸਾਡੇ ਕੋਲ ਪਹੁੰਚਦੀ ਹੈ, ਤਾਂ ਮਤਲਬ ਸਵਾਲਾਂ ਦਾ ਹੜ ਆ ਜਾਂਦਾ ਵੀ ਕਿਹੋ ਜਿਹੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ, ਅਤੇ ਇੰਨੇ ਇੰਨੇ ਸਾਲਾਂ ਤੋਂ ਸੜਕਾਂ 'ਤੇ ਰੁਲਦੀਆਂ ਵੀ ਕਿੰਨੀ ਦੇਰ ਰੁਲਦੀਆਂ ਰਹਿਣਗੀਆਂ, ਕੀ ਸਾਡੀ ਹੈਲਪਲਾਈਨ ਹੈਲਪਫੁੱਲ ਨਹੀਂ ਹੋ ਸਕਦੀ, ਕੀ ਅਸੀਂ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ ਜਿੱਥੇ ਗੁਰੂਆਂ ਨੇ ਇੰਨਾ ਕੁਛ ਸਾਨੂੰ ਮਤਲਬ ਜਦੋਂ ਉਸ ਵੇਲੇ ਦੇ ਹਾਲਾਤ ਬਣੇ ਗੁਰੂ ਨਾਨਕ ਪਾਤਸ਼ਾਹ ਦਾ ਵੇਲਾ ਦੇਖੀਏ ਜੀ, ਜਿੱਥੇ ਉਹ ਸੱਚ ਦਾ ਉਪਦੇਸ਼ ਦੇੜ ਕਰਵਾਉਂਦੇ ਆ, ਜਿੱਥੇ ਸਭ ਦਾ ਮਾਲਕ ਇੱਕੋ ਦਰਸਾਉਂਦੇ ਹੈ, ਜਿੱਥੇ ਉਹ ਕੋੜੀਆਂ ਨੂੰ ਵੀ ਗੱਲ ਨਾਲ ਲਾਉਂਦੇ ਹੈ, ਅਤੇ ਇਹਨਾਂ ਕੋਲ ਰੱਖ ਰੱਖ ਕੇ ਇਲਾਜ, ਗੁਰੂ ਸਾਹਿਬਾਨਾਂ ਨੇ ਪਾਣੀ ਦੀਆਂ ਸਮੱਸਿਆਵਾਂ ਆਈਆਂ, ਬੋਲੀਆਂ ਉੱਥੇ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਕੋਲ ਰੱਖ ਰੱਖ ਕੇ, ਅਤੇ ਕਿੰਨਾ ਸੱਚ ਦਾ ਉਪਦੇਸ਼ ਕਿਵੇਂ ਦ੍ਰਿੜ ਕਰਵਾਉਂਦੇ, ਗੁਰੂ ਅਰਜਨ ਦੇਵ ਜੀ ਕਿੱਡੇ ਵੱਡੇ ਵੱਡੇ ਸ਼ੈਲਟਰ ਹੋਮ ਬਣਾਉਂਦੇ ਹੈ, ਅਤੇ ਮਤਲਬ ਅਧਿਆਤਮਿਕ ਏਕਤਾ ਦੇ ਆਧਾਰ 'ਤੇ ਸਾਨੂੰ ਚੱਜ ਸਿਖਾਉਣ ਦੇ ਲਈ ਇਲਾਹੀ ਬਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ 'ਚ ਸਾਨੂੰ ਬਖਸ਼ ਰਹੇ ਹੈ, ਬਿਲਕੁਲ, ਅਤੇ ਨਾਲੇ ਫਿਰ ਉਹ ਇੱਕ ਖੁਦ 6-6 ਹਟਾਂ ਪਾ ਕੇ ਸਮਾਜ ਨਾਲ ਕੈਸਾ ਰਿਸ਼ਤਾ ਬਣਾਇਆ, 6-6 ਹਟਾਂ ਪਾਤੀਆਂ, 1 ਨਹੀਂ 2 ਨਹੀਂ 4 ਨਹੀਂ, ਹੈ ਨਾ, ਅਤੇ ਗੁਰੂ ਸਾਹਿਬ ਨੇ ਤਾਂ ਲਾਹੌਰ ਦੇ ਵਿੱਚ ਪ੍ਰੋਬਲਮ ਆਈ, ਤਾਂ ਲਾਹੌਰ ਦੇ ਵਿੱਚ ਉਸ ਵੇਲੇ ਬਾਜ਼ਾਰ ਅਤੇ ਗਲੀਆਂ ਜਿਸ ਵੇਲੇ ਬਿਮਾਰਾਂ ਅਤੇ ਮੁਰਦੇ ਨਾਲ ਭਰ ਗਈਆਂ ਸੀ, ਅਤੇ ਮਹਾਰਾਜ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਨਾਲ ਸਿੱਖ ਸੰਗਤ ਹਰਿਮੰਦਰ ਸਾਹਿਬ ਦੀਆਂ ਗੋਲਕਾਂ ਲਗਾਤੀਆਂ ਉੱਥੇ, ਵੱਡੇ ਵੱਡੇ ਗੁਰੂ ਹਰ ਰਾਏ ਪਾਤਸ਼ਾਹ ਨੇ ਦਵਾਖਾਨੇ ਬਣਾ ਤੇ ਲੋੜ ਅਨੁਸਾਰ, ਅਤੇ ਇਹ ਸਾਡੀ ਵੱਡੀ ਕਮਜ਼ੋਰੀ ਹੋਣ ਕਰਕੇ ਅੱਜ ਦੇ ਦਿਨਾਂ 'ਚ ਉੱਥੇ, ਅਤੇ ਬਹੁਤ ਇਨਸਾਨ ਆ ਜਿਹੜੇ ਰੁਲਦੇ ਆ, ਸੀਰੀਅਸ ਹੁੰਦੇ ਆ, ਮੌਤ ਦੇ ਮੂੰਹ 'ਚ ਪੈ ਜਾਂਦੇ, ਜਿਹਨਾਂ ਨੂੰ ਅਸੀਂ ਕਾਫੀ ਕੋਸ਼ਿਸ਼ ਕੀਤੀ, ਅਤੇ ਸਰਕਾਰੀ ਗੈਰ ਸਰਕਾਰੀ ਸੈਟਅਪ ਵੀ ਕਿੱਦਾਂ ਇਹ ਸਾਰਾ ਕੁਛ ਹੈਲਪਫੁਲ ਹੋ ਸਕਦਾ, ਕਈ ਵਾਰ ਤਾਂ ਫਿਰ ਘਰ ਲਿਜਾ ਕੇ ਇੱਦਾਂ ਪਹਿਲਾਂ ਰੱਖਦੇ ਰਹੇ, ਅਤੇ ਫਿਰ ਅਖੀਰ 'ਤੇ ਰੇਲਵੇ ਸਟੇਸ਼ਨ 'ਤੇ ਬੈਠੇ, ਜਿਸ ਦਿਨ ਕੋਈ ਸਾਨੂੰ ਹੱਲ ਹੀ ਨਹੀਂ ਦਿਖਿਆ, ਅਤੇ ਮਨ ਨੇ ਵੀ ਨਹੀਂ ਇਜਾਜ਼ਤ ਦਿੱਤੀ ਘਰ ਲੈ ਕੇ ਜਾਣ ਦੀ, ਕਿਉਂਕਿ ਵੀ ਆਪਣੀ ਸੋਚ ਨੂੰ ਪੇਰੈਂਟਸ ਦੇ ਉੱਤੇ ਕਿਵੇਂ ਥੋਪੀਏ, ਅਤੇ ਫਿਰ ਪਰਮਾਤਮਾ ਅੱਗੇ ਅਰਦਾਸ ਕਰਕੇ ਵੀ ਇਹ ਮਾਲਕ ਕੋਈ ਐਸੀ ਤੁਸੀਂ ਕੋਈ ਐਸਾ ਘਰ ਬਣਾਉਣ ਦੀ ਸ਼ਕਤੀ ਦੋ ਵੀ ਜਿੱਥੇ ਸਾਡੇ ਸਾਥੀ ਜਿਹੜੇ ਸਾਡੇ ਫੈਲੋ ਬੇਂਗੋ ਸੇ ਰੱਬ ਦੇ ਬੰਦੇ ਏਕ ਪਿਤਾ ਇੱਕ ਸਕੇ ਹਮਾਰੀ
ਹੈ ਵੀ ਕੁਦਰਤ ਇੱਕੋ ਨੂਰ ਤੋਂ ਬਣਿਆ ਹੋਇਆ ਹੈ, ਸਮਾਜ ਸੰਸਾਰ ਅਤੇ ਸਭ ਦਾ ਸਿਰਜਣਹਾਰ ਵੀ ਉਹਦੇ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਜਿਹੜੇ ਇਹਨਾਂ ਨੂੰ ਰੱਖ ਕੇ ਉੱਥੇ ਠੀਕ ਹੋਣ ਦਾ ਮੌਕਾ ਤਾਂ ਮਿਲ ਸਕੇ, ਆਦਰਸ਼ ਕਰਨ ਦੁਆਰਾ ਜ਼ਿੰਦਗੀ ਜੀਣ ਦੇ ਕੈਪੇਬਲ ਬਣ ਸਕਣ ਅਤੇ ਫਿਰ ਇਹ 15 ਦਸੰਬਰ 2003 ਨੂੰ ਪ੍ਰਭੂ ਦਾ ਆਸਰਾ ਤਾਂ ਕਿ ਪ੍ਰਭ ਆਸਰਾ ਹੋਂਦ ਵਿੱਚ ਆ ਗਏ। ਬਹੁਤ ਅੱਛੇ ਜੀ, ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਮੋਹਾਲੀ ਔਰ ਜਾਂ ਖਰੜ ਅਤੇ ਕੁਰਾਲੀ ਵਾਲੀ ਜਿਹੜੀ ਰੋਪੜ ਵਾਲਾ ਰਾਹ ਜਿਹੜਾ ਹੈ ਰੂਪਨਗਰ ਸ਼ਹਿਰ ਨੂੰ ਜਿਹੜੀ ਰਾਹ ਜਾਂਦਾ ਹੈ ਖਰੜ ਤੋਂ ਅੱਗੇ ਜਾ ਕੇ ਕੁਝ 1 ਕਿਲੋਮੀਟਰ ਦੇ ਉੱਤੇ ਪ੍ਰਭ ਆਸਰਾ ਜਿਹੜਾ ਇਹ ਸੰਸਥਾ ਬਹੁਤ ਵੱਡੇ ਥਾਂ ਦੇ ਵਿੱਚ ਇਹਨਾਂ ਨੇ ਉਸਾਰੀ ਹੈ, ਜਿਹੜੀ ਕਿ ਜਿਹਦੀ ਸ਼ੁਰੂਆਤ 2003 ਬਿਲਕੁਲ 20 ਸਾਲ ਹੋ ਗਏ ਨੇ ਔਰ 20 ਸਾਲ ਕੋਈ ਛੋਟਾ ਸਮਾਂ ਨਹੀਂ ਹੁੰਦਾ ਔਰ ਉਸ ਸੰਸਥਾ ਦੇ ਵਿੱਚ ਪ੍ਰਭ ਆਸਰਾ ਦੇ ਵਿੱਚ ਤੁਹਾਨੂੰ ਤੁਸੀਂ ਬਿਲਕੁਲ ਉਹਨੂੰ ਮਿਸ ਨਹੀਂ ਕਰ ਸਕਦੇ ਕਿਉਂਕਿ ਪ੍ਰਭ ਆਸਰਾ ਦੇ ਗੇਟ ਦੇ ਉੱਤੇ ਮੇਨ ਗੇਟ ਦੇ ਨਾਲ ਉੱਥੇ ਇੱਕ ਭੰਗੂੜਾ ਪਿਆ, ਉਹ ਭੰਗੂੜਾ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਉਹਦੇ ਵਿੱਚ ਮਮਤਾ ਦਾ ਜਿਹੜਾ ਇੱਕ ਪ੍ਰਤੀਕ ਹੁੰਦਾ, ਇੱਕ ਚਿੰਨ੍ਹ ਹੁੰਦਾ ਭੰਗੂੜਾ, ਕਿ ਉਸ ਭੰਗੂੜੇ ਦੇ ਵਿੱਚ ਬੱਚੇ ਨਵ ਜਨਮੇ ਬੱਚੇ ਨੂੰ ਜਿਹੜੀਆਂ ਉਹਨੂੰ ਖਿਡੋਰੀਆਂ ਦਿੱਤੀਆਂ ਜਾਂਦੀਆਂ ਨੇ। ਸੋ ਮੈਨੂੰ ਪਤਾ ਹੈ ਕਿ ਪ੍ਰੋਫੈਸ਼ਨਲੀ ਤੁਸੀਂ ਜਿਹੜਾ ਹੈ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਰਹੇ ਹੋ ਔਰ ਉਸ ਪੜ੍ਹਾਈ ਵੀ ਉਹੀ ਹੈ ਤੁਹਾਡੀ ਕੀਤੀ ਹੋਈ, ਇਹ ਵੀ ਤੁਸੀਂ ਦੱਸ ਦਿੱਤਾ ਕਿ ਜਿਹੜਾ ਇੱਕ ਦਰਦ ਇੱਕ ਚੀਜ਼ ਜਿਹੜੀ ਹੈ ਜੀ ਉਹ ਕਿਸੇ ਵਕਤ ਜਿਹੜੀ ਹੈ 20-25 ਸਾਲ ਪਹਿਲਾਂ ਜਿਹੜੀ ਉੱਠੀ ਔਰ ਤੁਸੀਂ ਉਸ ਨੂੰ ਜਿਹੜਾ ਉਸ ਫਿਰ ਆਪਣੇ ਆਪ ਨੂੰ ਉਹਦੇ ਬਿਲਕੁਲ ਤੁਸੀਂ ਗੁਰੂ ਮਹਾਰਾਜ ਦਾ ਆਸਰਾ ਲੈ ਕੇ ਅਤੇ ਪ੍ਰਭ ਆਸਰਾ ਦੀ ਸ਼ੁਰੂਆਤ ਕੀਤੀ ਔਰ ਤੁਸੀਂ ਮੈਨੂੰ 3-4 ਵਾਰੀ ਜਾਣ ਦਾ ਮੌਕਾ ਮਿਲਿਆ ਪ੍ਰਭ ਆਸਰਾ ਔਰ ਮੈਨੂੰ ਇਸ ਇਹ ਕਹਿੰਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਜਦ ਵੀ ਕਦੇ ਤੁਸੀਂ ਚੰਡੀਗੜ੍ਹ ਜਾਓ ਅਤੇ ਜੇਕਰ ਪ੍ਰਭ ਆਸਰਾ ਤੁਸੀਂ ਨਾ ਗਏ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਉੱਥੇ ਜਾਣਾ ਅਤੇ ਤੁਸੀਂ ਕੁਝ ਮਤਲਬ ਕੁਛ ਕਰਕੇ ਆਉਣਾ, ਪਰ ਐਟਲੀਸਟ ਇੱਕ ਵਾਰੀ ਇਹ ਜ਼ਰੂਰ ਵੇਖ ਕੇ ਆਇਓ ਕਿ ਕਿੰਨਾ ਦਰਦ ਜਿਹੜਾ ਹੈ ਜੀ ਉਹ ਲੁਕਾਈ ਦੇ ਵਿੱਚ, ਜਿਵੇਂ ਕਿ ਸਰਦਾਰ ਸ਼ਮਸ਼ੇਰ ਸਿੰਘ ਜੀ ਨੇ ਦੱਸੀ ਹੈ ਗੱਲ ਕਿ ਸਿੱਖੀ ਦਾ ਧੁਰਾ ਜਾਂ ਸਿੱਖ ਸਿੱਖੀ ਪ੍ਰਾਂਤ ਜਿਹਨੂੰ ਆਪਾਂ ਪੰਜਾਬ ਕਹਿੰਦੇ ਹਾਂ, ਉੱਥੇ ਇਹ ਹਾਲਾਤ ਨੇ ਔਰ ਉਹਨਾਂ ਹਾਲਾਤਾਂ ਦੇ ਨਾਲ 2-4 ਇਹ ਹੋ ਰਹੇ ਹਨ ਔਰ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਜਿਹੜੇ ਦੇਖਭਾਲ ਕੀਤੀ ਜਾਂਦੀ ਹੈ। ਸੋ ਥੋੜ੍ਹਾ ਜਿਹਾ ਪ੍ਰਭ ਆਸਰਾ ਦੇ ਬਾਰੇ ਦੱਸੋ ਕਿ ਪ੍ਰਭ ਆਸਰਾ ਵਿਖੇ ਕਿਸ ਕਿਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ, ਪੜ੍ਹਾਈ ਵਾਲੇ, ਬਿਮਾਰ, ਜਿਹੜੀਆਂ ਬੀਬੀਆਂ, ਬਜ਼ੁਰਗ, ਵੱਡੇ ਬੇਸਹਾਰਾ ਜਿਹੜੇ ਬਜ਼ੁਰਗ ਹੁੰਦੇ ਨੇ, ਇਹ ਸਾਰਾ ਦੱਸੋ ਕਿ ਨੈਚੁਰਲੀ ਮਤਲਬ ਹੁਣ ਮੈਂ ਕਿਨ੍ਹਾਂ ਦੀ ਹੁੰਦੀ ਹੈ ਇਹਦੀ ਲਿਸਟ ਬਹੁਤ ਲੰਬੀ ਹੈ, ਜੀ ਜੀ ਜੀ, ਕਿਨ੍ਹਾਂ ਦੀ ਨਹੀਂ ਹੁੰਦੀ ਜੇ ਆਪਾਂ ਕਹੀਏ ਹੈ ਨਾ ਵੀ ਉਹ ਲਿਸਟ ਬਹੁਤ ਛੋਟੀ ਹੋਣੀ ਹੈ। ਕੋਈ ਵੀ ਇਨਸਾਨ ਜਿਹੜਾ ਬੇਬਸ ਅਤੇ ਲਾਚਾਰ ਹੋ ਗਿਆ ਹੁਣ ਜਿਹਦੇ ਕੋਲ ਇਸ ਵੇਲੇ ਏਬਲ ਬੋਡੀ ਨਹੀਂ ਰਹੀ, ਭਾਵੇਂ ਕਿਸੇ ਹਾਲਾਤਾਂ ਨੇ ਜਾਂ ਕਿਸੇ ਇੰਜਰੀ ਕਰਕੇ ਜਾਂ ਫਿਰ ਲਾਈਕ ਮਾਂ ਬਾਪ ਸਿਰ 'ਤੇ ਨਹੀਂ ਰਹੇ ਉਹ ਬੱਚਾ, ਅਤੇ ਜਾਂ ਫਿਰ ਉਹ ਘਰ ਤੋਂ ਗੁੰਮ ਹੋ ਗਏ ਕਿਸੇ ਟ੍ਰੈਜਡੀ ਕਰਕੇ, ਕੋਈ ਪ੍ਰੋਫੈਸਰ ਹੈ, ਕੋਈ ਲੈਕਚਰਰ ਹੈ, ਕੋਈ ਡਾਕਟਰ ਹੈ ਜਿਹੜੇ ਥੋੜ੍ਹੇ ਥੋੜ੍ਹੇ ਦਿਨਾਂ 'ਚ ਵੀ ਇੰਪਰੂਵ ਹੋਏ ਹੈ, ਅਤੇ ਇਸ ਤਰ੍ਹਾਂ ਦੇ ਬਜ਼ੁਰਗ ਜਿਨ੍ਹਾਂ ਨੂੰ ਕਈਆਂ ਨੂੰ ਆਪਣੇ ਨੇ ਵਿਰਾਨ ਥਾਵਾਂ 'ਤੇ ਛੱਡ ਦਿੱਤਾ, ਕੀ ਮਜਬੂਰੀ ਉਹਨਾਂ ਦੀ, ਜਿਵੇਂ ਅਨਵਾਂਟਿਡ ਬੱਚਿਆਂ ਦੀ ਗੱਲ ਆਪਾਂ ਕਰ ਰਹੇ ਸੀ, ਅਤੇ ਪਰ ਇਸ ਤਰ੍ਹਾਂ ਭਾਵੇਂ ਪੰਛੀ ਦਾ ਨਹੀਂ ਕਰਦੇ ਦੇਖੇ, ਅਤੇ ਚਲੋ ਸਾਡੇ ਕੋਲ ਹੋ ਰਿਹਾ, ਕਿਉਂ ਹੋ ਰਿਹਾ ਹੈ ਇਹਦੇ ਪਿੱਛੇ, ਅਤੇ ਇਸ ਤਰ੍ਹਾਂ ਦੇ ਮਤਲਬ ਉੱਥੇ ਇੱਕ ਦਿਨ 1.5-1.5 ਦਿਨ ਦੇ ਜਾਂ ਬੱਚੀਆਂ ਬੱਚੇ ਦਿਨਾਂ ਦੇ ਹੈ ਨਾ, ਉਹਨਾਂ ਤੋਂ ਲੈ ਕੇ ਕੋਈ ਕਿਸੇ ਦਾ ਮਤਲਬ ਭਾਵੇਂ ਆਪਣਾ ਮੇਲ ਹੈ ਫੀਮੇਲ ਹੈ, ਉਹ ਬੱਚੀਆਂ ਵੀ ਹੈ, ਬੱਚੇ ਵੀ ਹੈ, ਸਪੈਸ਼ਲ ਬੱਚੇ ਵੀ ਹੈ, ਉਹਨਾਂ ਲਈ ਸਪੈਸ਼ਲ ਐਜੂਕੇਟਰ ਹੈ, ਦੂਜਿਆਂ ਨੇ ਟੀਚਰ, ਦੋ ਬੱਸੇ ਮਤਲਬ ਇੱਕ ਬੱਸ ਅਤੇ ਇੱਕ ਵੈਨ, ਉਹਨਾਂ ਨੂੰ ਸਕੂਲਾਂ 'ਚ ਲਿਜਾਉਂਦੀ ਹੈ, ਬੜੇ ਅੱਛੇ ਬੱਚੇ ਜਿਹੜੇ ਪੜ੍ਹਾਈ ਦੇ ਵਿੱਚ ਕਹਿ ਲਓ ਵੀ ਅੱਗੇ ਵੱਧ ਰਹੇ ਹੈ, ਅਤੇ ਸਪੈਸ਼ਲ ਬੱਚੇ ਵੀ ਅਲੱਗ ਅਲੱਗ ਉਹਨਾਂ ਦੀਆਂ ਜਿਵੇਂ ਸਪੈਸ਼ਲ ਐਜੂਕੇਟਰ, ਅਤੇ ਉਹਨਾਂ ਦੇ ਸਪੈਸ਼ਲ ਓਲੰਪਿਕਸ ਦੇ ਵਿੱਚ ਉਹਨਾਂ ਨੂੰ ਓਪਰਚੁਨਿਟੀ, ਉਹ ਬੱਚੀਆਂ ਜਿਹੜੀ ਸਾਨੂੰ ਲੁਧਿਆਣੇ ਤੋਂ ਮਿਲੀ ਸੀ, ਉਹ ਮਤਲਬ ਮਤਲਬ ਕਿੰਨੇ ਉਹਨਾਂ ਨੇ ਗੋਲਡ ਮੈਡਲ ਜਿੱਤੇ ਹੋਏ ਆ ਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲੀ ਵੀ ਸਿਲੈਕਟ ਹੋਏ ਆ, ਪਰ ਪਾਸਪੋਰਟ ਬਣਾਉਣ ਦੇ ਵਿੱਚ ਕੁਛ ਮਿੰਟ ਸਾਨੂੰ ਦੇਰ ਹੋ ਜਾਂਦੀ ਹੈ, ਪਰ ਉਹ ਵੀ ਲੱਗੇ ਹੋਏ ਆ ਅਸੀਂ ਬਣਾਉਣ ਵਾਸਤੇ, ਅਤੇ ਮਤਲਬ ਬਜ਼ੁਰਗ ਕੋਈ ਵੀ ਬਜ਼ੁਰਗ ਜਿਹੜਾ ਹੈਗਾ ਅਲੱਗ ਅਲੱਗ ਤਰੀਕਿਆਂ ਨਾਲ ਉੱਥੇ ਸਮਾਜਿਕ ਸੁਰੱਖਿਆ ਅਫਸਰ ਦੇ ਥਰੂ ਵੀ ਪਹੁੰਚ ਰਹੇ ਹੈ, ਅਤੇ ਜੁਡੀਸ਼ੀਅਲ ਮੈਜਿਸਟਰੇਟ, ਅਤੇ ਖਾਸ ਕਰਕੇ ਫਿਰ ਜਿਹੜੇ ਸਬ ਡਿਵੀਜ਼ਨਲ ਮੈਜਿਸਟਰੇਟ ਆ ਇਹਨਾਂ ਦੇ ਥਰੂ ਧਾਰਮਿਕ ਕੇਂਦਰ ਅਲੱਗ ਅਲੱਗ ਤਰੀਕੇ ਨਾਲ ਸਾਡੀਆਂ ਐਂਬੂਲੈਂਸਾਂ ਜਾਂਦੀਆਂ, ਫਿਰ ਉਹ ਚੱਕ ਕੇ ਲਿਆਉਂਦੇ ਜਿਸ ਵੇਲੇ ਕੋਈ ਹਾਲਾਤ ਹੀ ਇੱਦਾਂ ਦੇ ਸਾਹਮਣੇ, ਜਦ ਉਹਨੇ ਵੀ ਕੋਈ ਨਹੀਂ ਉਸ ਵੇਲੇ ਕੋਈ ਪਹੁੰਚਿਆ, ਅਤੇ ਇਸ ਤਰੀਕੇ ਨਾਲ ਉਹਨਾਂ ਦੇ ਲਈ 200 ਮੈਂਬਰਾਂ ਦੀ ਟੀਮ ਲੱਗੀ ਹੋਈ ਹੈ ਇੰਪਲਾਈਜ਼ ਦੀ, ਜਿਹਦੇ ਵਿੱਚ 28 ਤਾਂ ਡਾਕਟਰ ਹੋਣੇ ਆ ਜੀ, 2 ਸਾਈਕੈਟਰਿਸਟ ਹੈਗੇ ਹੈ ਜੀ, ਅਤੇ ਸਾਈਕੋਲੋਜਿਸਟ ਵੀ ਹੈਗਾ, ਅਤੇ ਅਲੱਗ ਅਲੱਗ ਜਿਹੜੇ ਡਾਕਟਰ ਹੈ 24 ਘੰਟੇ ਡਾਕਟਰ ਉੱਥੇ, ਅਤੇ ਜਿਨ੍ਹਾਂ ਦੇ ਵਿੱਚ ਪੈਰਾਮੈਡੀਕਲ ਸਟਾਫ 50+ ਹੈਗੇ, ਫਿਰ GDA, ਫਿਰ ਅੱਗੇ 24 ਘੰਟੇ ਐਂਬੂਲੈਂਸਿਸ, 9 ਐਂਬੂਲੈਂਸ ਉਹਨਾਂ ਦੀ ਸੇਵਾ ਦੇ ਵਿੱਚ ਲੱਗੀਆਂ ਹੋਈਆਂ। ਬਹੁਤ ਅੱਛਾ। ਅਲੱਗ ਅਲੱਗ ਮਤਲਬ ਦਿਨ ਵੀ ਰਾਤ ਵੀ ਜਿਹੜੇ ਫੋਨ ਆਉਂਦੇ ਆ, ਕਦੇ ਹੋਸਪਿਟਲਾਂ 'ਚੋਂ ਰੋਡ ਐਕਸੀਡੈਂਟ ਜਾਂ ਦੂਜੇ ਪ੍ਰਾਈਵੇਟ ਹੋਸਪਿਟਲਾਂ, ਜਿਵੇਂ ਸਾਡੀਆਂ ਐਂਬੂਲੈਂਸਾਂ ਜਿਹੜੀਆਂ ਸਰਕਾਰ ਵੱਲੋਂ ਕੋਈ ਉਹਨਾਂ ਦੀ ਪੋਲਿਸੀ ਇੱਦਾਂ ਦੀ ਹੈ
ਕਿ ਸਟੇਟ ਦੀ ਐਂਬੂਲੈਂਸ ਨਹੀਂ ਜਾ ਸਕਦੀ, ਹੋਸਪਿਟਲ ਦੀ ਐਂਬੂਲੈਂਸ ਜੇ ਐਮਰਜੈਂਸੀ ਹੋਵੇ ਪ੍ਰਾਈਵੇਟ ਹੋਸਪਿਟਲ ਦੇ ਵਿੱਚੋਂ ਪੇਸ਼ੈਂਟ ਨੂੰ ਚੱਕ ਕੇ ਹਾਇਰ ਇੰਸਟੀਟਿਊਟ 'ਚ ਨਹੀਂ ਸ਼ਿਫਟ ਕਰ ਸਕਦੀ, ਫਿਰ ਸਾਡੀਆਂ ਐਂਬੂਲੈਂਸਾਂ ਦਿਨ ਰਾਤ ਕੰਮ ਕਰੇ। ਸਾਡੇ ਲਈ ਤਾਂ ਇਹ ਵੀ ਨਾਗਰਿਕ ਹੈ, ਸਾਡੇ ਮਤਲਬ ਸਾਡੇ ਸਾਥੀ, ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਉਸੇ ਰੱਬ ਦੇ ਬੰਦੇ ਹੈ ਨਾ, ਜੋ ਸਾਡੀ ਹੋਣ ਦੇ ਪਿੱਛੇ ਉਹੀ ਉਹਨਾਂ ਦੀ ਹੋਣ, ਜੋ ਸਾਨੂੰ ਬਣਾਉਣ ਵਾਲਾ ਉਹੀ ਉਹਨਾਂ ਨੂੰ ਬਣਾਉਣ ਵਾਲਾ। ਵੀ ਪਰਿਵਾਰ ਸਾਡਾ ਜਿਹੜਾ ਹੈਗਾ ਇਹ ਉਹਦੇ ਵਿੱਚ ਬੰਦਾ ਤੜਫ ਰਿਹਾ ਹੋਵੇ ਅਤੇ ਉਹਨੂੰ ਆਕਸੀਜਨ ਚਾਹੀਦੀ ਹੋਵੇ ਅਤੇ ਮਤਲਬ ਉਹਨੂੰ ਐਂਬੂਲੈਂਸ ਨਾ ਮਿਲੇ ਤਾਂ ਬੜੀ ਮਤਲਬ ਬਹੁਤ ਵੱਡਾ ਇੱਕ ਦਰਦ ਹੁੰਦੀ ਹੈ ਇਹ ਚੀਜ਼। ਅਤੇ ਇਸ ਤਰੀਕੇ ਨਾਲ ਫਿਰ ਉੱਥੇ ਆਕਸੀਜਨ ਕੰਸਨਟਰੇਟਰ ਕੋਈ ਰਾਤ ਨੂੰ ਕਿਸੇ ਵੇਲੇ ਲੈਣ ਆ ਗਿਆ, ਐਮਰਜੈਂਸੀ ਜਿਹੜੇ ਹਾਲਾਤ ਬਣੇ ਹੋਏ, ਘਰ ਲਾਇਆ ਵਾ ਹੁੰਦਾ ਉਹਦੀ ਤਾਰ ਸੜ ਗਈ ਜੀ, ਉਹਦਾ ਆਹ ਹੋ ਗਿਆ ਜੀ ਐਮਰਜੈਂਸੀ, ਕੋਈ ਆਹ ਨਹੀਂ ਮਿਲ ਰਿਹਾ। ਅਤੇ ਇਸ ਤਰੀਕੇ ਨਾਲ ਮਤਲਬ ਉੱਥੇ ਹਰ ਤਰ੍ਹਾਂ ਦਾ ਜਿਹੜਾ ਭਾਵੇਂ ਉਹ ਵਿਚਾਰਾ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਅੱਖਾਂ ਤੋਂ ਦੇਖ ਨਹੀਂ ਸਕਦਾ, ਹਰ ਤਰ੍ਹਾਂ ਦੇ ਨਾਗਰਿਕ ਉਹਨਾਂ ਲਈ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਫਿਰ ਬੱਚਿਆਂ ਲਈ, ਅਤੇ ਉਹਦੇ ਵਿੱਚ ਬਹੁਤ ਅੱਛੇ ਬੱਚੇ ਜਿਹੜੇ ਉਹ ਲੜਕੀ ਨੂੰ ਸਾਡੇ ਕੋਲ ਲੈ ਕੇ ਆਏ ਸੀ। ਮੈਂ ਕਿਹਾ ਜੀ ਤੁਸੀਂ ਪ੍ਰੋਟੋਕੋਲ ਦੇ ਮੁਤਾਬਕ ਮਾੜਾ ਜਿਹਾ ਤਾਂ ਪ੍ਰੋਟੋਕੋਲ ਫੋਲੋ ਕਰ ਲੈਂਦੇ, ਮੈਂ ਡਿਪਾਰਟਮੈਂਟ ਰੁਕਿਆ ਸੰਬੰਧਿਤ ਨੂੰ ਵੀ ਇਹਦੇ ਇੱਕ ਟੈਸਟ ਤਾਂ ਕਰਵਾ ਦੇਣੇ ਸੀ ਤਾਂ ਕਿ ਉਹ ਟੈਸਟ ਜਿਹੜੇ ਹੈਗੇ ਆ ਜ਼ਰੂਰੀ, ਇਸ ਕਰਕੇ ਆਏ ਵੀ ਤੁਸੀਂ ਆਹ ਤੁਹਾਡਾ ਆਰਟੀਕਲ ਨੰਬਰ 30 ਦੇ ਵਿੱਚ ਸਭ ਲਿਖਿਆ ਹੋਇਆ ਨਾ, ਵੀ ਸਭ ਸੈਕਸ਼ਨ 2 ਦੇ ਵਿੱਚ ਆਹ ਲਿਖਿਆ ਵੀ ਇਹਦੇ ਕੰਟੀਨਿਊਟੀ ਦੇ ਟੈਸਟ ਹੋਣ। ਅਤੇ ਕਹਿੰਦੇ ਜੀ ਹੁਣ ਇਸ ਵੇਲੇ ਹੋਸਪਿਟਲ ਬੰਦ ਹੈ, ਪਰ ਅਸੀਂ ਬੱਚੀ ਨੂੰ ਬਿਲਕੁਲ ਇਸ ਵੇਲੇ ਅਸੀਂ ਰੱਖ ਹੀ ਨਹੀਂ ਸਕਦੇ ਕਿਉਂਕਿ ਉਹਦੀ ਹਾਲਤ ਹੀ ਇੱਦਾਂ ਦੀ, ਉਹ ਬੱਚੀ 16 ਕੁ ਸਾਲ ਦੀ ਹੋਣੀ ਹੈ। ਅਤੇ ਜਦੋਂ ਮੈਂ ਪੁੱਛਿਆ ਵੀ ਕੀ ਕਾਰਨ ਕੀ ਬਣਿਆ ਹੋਇਆ, ਅਤੇ ਉਹਨਾਂ ਨੇ ਦੱਸਿਆ ਜਿਹੜੇ ਨਾਲ ਸੀ ਕਹਿੰਦੇ ਵੀ ਮਦਰ ਫਾਦਰ ਦੀ ਅਚਨਚੇਤ ਡੈਥ ਹੋ ਗਈ, ਬਰਦਾਸ਼ਤ ਨਹੀਂ ਕਰ ਸਕੀ। ਅਤੇ ਬਹੁਤ ਲੋਕ ਸਾਡੇ ਉੱਥੇ ਇੱਦਾਂ ਦੇ ਚੰਗੇ ਵੀ ਹੈਗੇ ਆ ਪਰ ਗਲਤ ਜਿਹੜੇ ਹੈ ਇਹਨਾਂ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ। ਉਹ ਬੱਚੀ ਨੂੰ ਫਿਰ ਅਸੀਂ ਵੋਕੇਸ਼ਨਲ ਟ੍ਰੇਨਿੰਗ ਦੇ ਵਿੱਚ ਜਦੋਂ ਮੈਡੀ ਉਹਦੀ ਟ੍ਰੇਨਿੰਗ ਦਿੱਤੀ ਕੰਪਿਊਟਰ ਦੀ, ਉਹ ਬੱਚੀ ਦੀ ਦੇਖੋ ਇੰਨੀ ਇੰਟੈਲੀਜੈਂਟ, ਹੁਣ ਮੈਂ ਆਉਣ ਲੱਗਿਆ ਪੁੱਛ ਕੇ ਆਇਆ, ਮੈਂ ਬੱਚੀ ਹੋਰ ਕੀ ਕਰਨਾ ਤੁਸੀਂ ਕੰਪਿਊਟਰ 'ਚ ਬੜੇ ਐਕਸਪਰਟ ਹੋ ਗਏ, ਕਹਿੰਦੀ ਮੈਂ ਹੁਣ ਨਰਸ ਬਣਨਾ ਹੈਗਾ। ਅਤੇ ਬਹੁਤ ਇੱਦਾਂ ਦੇ ਕੇਸ ਹੈਗੇ ਆ ਜਿਹੜੇ ਕਿ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਅਸੀਂ ਜਿਹੜੀ ਗੱਲਬਾਤ ਤਾਂ ਜਿਵੇਂ ਕਹਿ ਲਓ ਜਿੰਨੀ ਮਰਜ਼ੀ ਤੁਸੀਂ ਹੈ ਨਾ ਜੀ ਜਿਹੜੀਆਂ ਜਿਹੜੀ ਇਹਨਾਂ ਨੇ ਐਗਜ਼ਾਮਪਲ ਸੈੱਟ ਕਰਨ ਵਾਲੀ ਜਿਹੜੀਆਂ ਉੱਥੇ ਕੀਤੀਆਂ ਨੇ, ਔਰ ਪਰ ਸ਼ਮਸ਼ੇਰ ਸਿੰਘ ਜੀ ਇਹ ਜਿਹੜੇ ਕੰਮ ਹੁੰਦੇ ਨੇ ਨਾ ਜੀ ਖਾਸ ਤੌਰ ਦੇ ਉੱਤੇ, ਇੱਥੇ ਇੱਕ ਪਰਿਵਾਰ ਲਈ ਆਪਣੇ ਬੱਚਿਆਂ ਨੂੰ ਪਾਲਣਾ ਬੜਾ ਔਖਾ ਹੈ। ਔਰ ਜਿੰਨਾ ਕੁ ਮੈਨੂੰ ਪਤਾ ਹੈ, ਜਿੰਨਾ ਕੁ ਮੈਂ ਦੇਖ ਕੇ ਆਇਆ ਹੋਇਆ ਸਾਰਾ ਦਾਰੋ ਮਦਾਰ ਉੱਥੇ, ਉੱਥੇ ਤਾਂ ਸੈਂਕੜੋ ਜਿਹੜਾ ਹੈ ਜੀ ਤਾਦਾਦ ਦੇ ਵਿੱਚ ਜਿਹੜੇ ਪ੍ਰਾਣੀ ਹਨ ਜਿਹੜੇ ਮਾਨਸ ਕੀ ਜਾਤ ਸਾਬੇ ਵਾਲੀ ਜਿਹੜੀ ਉਹਨਾਂ ਦੀ ਦੇਖਭਾਲ, ਅਤੇ ਉਹਨਾਂ ਦੀ ਦੇਖਭਾਲ ਦੇ ਲਈ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਵੈਸੇ ਫਰਜ਼ ਹੈ, ਫਰਜ਼ ਤਾਂ ਉਹਨਾਂ ਦਾ ਵੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਪੈਦਾ ਕੀਤਾ ਜਾਂ ਜਿਹੜੇ ਜਿਨ੍ਹਾਂ ਦੇ ਮਾਂ ਬਾਪ ਜਿਹੜੇ ਹਨ ਜੀ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ, ਔਰ ਉਹ ਬਜ਼ੁਰਗ ਔਰ ਉਹ ਮਾਤਾਵਾਂ, ਉਹ ਭੈਣਾਂ, ਉਹ ਬੱਚੇ ਬੱਚੀਆਂ ਜਿਨ੍ਹਾਂ ਨੂੰ ਸਮਾਜ ਨੇ ਸੰਭਾਲਣਾ ਸੀ, ਸਮਾਜ ਦੇ ਵਿੱਚ ਜਿਹੜਾ ਇੱਕ ਤਾਣਾ ਬਾਣਾ ਜਿਹੜਾ ਉਲਝਿਆ ਹੈ, ਕੀ ਕਾਰਨ ਹਨ ਇਹਨਾਂ ਦੇ ਪਿੱਛੇ ਨਾ ਜਾਂਦੇ ਹੋਏ, ਕਿਹੜੀਆਂ ਕਿਹੜੀਆਂ ਔਕੜਾਂ ਆਈਆਂ, ਅਤੇ ਭਵਿੱਖ ਦੇ ਵਿੱਚ ਤੁਸੀਂ ਜਿਹੜੇ ਇਸ ਵਕਤ ਤੁਸੀਂ ਪ੍ਰੋਗਰਾਮ ਨੂੰ ਵੇਖ ਰਹੇ ਹੋ, ਤੁਸੀਂ ਦੇਸ਼ ਵਿਦੇਸ਼ 'ਚ ਬੈਠੇ ਕਿਵੇਂ ਉਸ ਸੰਸਥਾ ਦੇ ਨਾਲ ਜੁੜ ਸਕਦੇ ਹੋ, ਔਰ ਕਿਵੇਂ ਇੱਕਜੁੱਟ ਹੋ ਕੇ ਆਪਾਂ ਮਾਨਵਤਾ ਦੀ ਭਲਾਈ ਦੀ ਦੇ ਲਈ ਜਿਹੜੇ ਕਾਰਜ ਹੋ ਰਹੇ ਹਨ ਉਹਨਾਂ ਦੇ ਵਿੱਚ ਅਸੀਂ ਯੋਗਦਾਨ ਪਾ ਸਕਦੇ ਹਾਂ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ, ਤੁਸੀਂ ਇਸੇ ਤਰ੍ਹਾਂ ਵੇਖਦੇ ਰਹੋ।
हैलो कैनेडा टीवी प्रोग्राम के एक बार फिर तुहाडा निघा स्वागत। साढ़े नाल प्रभ आसरा के संस्थापक सरदार शमशेर सिंह जी हैं और असी गलबात जी है जी उत्थों दीआं सेवावां जिहड़ियां हन जी प्रभ आसरा दीआं उन्हां दी गल कर रहे सी। वो कहिंदे ने जी जिंदगी दे विच ना जी कोई भी काम खास तौर पर समाज सेवा का काम किसी ने कारोबार करना होवे वो तो औखा सौखा होकर उन्हूं कामयाब करन दे विच सफल हो भी जांदा है और हो जांदे ने क्योंकि उहदा अपना काम हुंदा है, पर समाज सेवा दे विच और एक नहीं दो नहीं तीन नहीं पंजा नहीं सैकड़ों प्राणियों की सामभ संभाल अड़के बड़े आए होंगे जी। हाँ जी अड़चना दसो पहला तो जी असं यही कहेंगे कि सरकारी अदारों वालों या लोगों वालों पर अड़के जिहड़े जिंदगी तुसीं जिहड़ा आपां चलदे जीने अड़के तो उस तो बाद फिर उन्हां उस संस्था के लिए जिहड़े साडे दर्शक हन किवें जुड़ सकते हैं तुहाडे नाल? नेचुरली जिस वेले आप देखते हैं भी गड्डी दे विच जे पंज सीटर दे विच जदों अठ बंदे होण सामने बिठा लेने होण तो फिर वो अठ बंद एडजस्ट करना तो फिर अगे दूजे कहन भी मतलब सानू क्यों नहीं बिठा रहे तो वो हालात जिहड़े हैं फिर कदे वरेंडे भर लेने वरेंडियां दे विच भी मतलब दोनों साइडां तों बैड ला देने विच नू फिर वो लाइक व्हीलचेयर निकलनी भी मुश्किल हो जानी तो अदरवाइज दूजा हल भी कोई नहीं दिखता भी रात नू असीं लाइक उस कह लो भी अपने मैंबर नू बाहर भी नहीं छड़ सकदे क्योंकि मतलब कोई भी बच्ची तो कोई भी औरत कोई भी बजुर्ग बाहर सेफ नहीं है तो मतलब ये हमेशा ही संघर्ष दिन रात का संघर्ष हैगा जिदे विच मतलब असी नित नवी मुहिम नित नवा ही हुंदा रात नू जो 2 बजे दाखिल करते हैं रात नू कदे 12 बजे दाखिल करते हैं कदे मतलब अलग अलग है ना हालात रात नू 2 बजे फोन आता कि फलानियां कहते हालात है कि लत्तां बन्नियां तो लेडी नू कोई गिर गया उत्थे ते ओहो जे हालातां दे विच मतलब या कोई रात नू फोन आया 11:30 बजे मैनू कि सुसाइड मेरी मदर सुसाइड कर लगी है वो छोटी जी बच्ची कहिंदी मेरे फादर की डैथ तो बाद बहुत डिस्टर्ब रहिंदे सी मैनू कुट्टिया बड़ा मन है तो डिस्टर्ब होए हुए हैं तो हुण मैं किनू फोन करा मैं इस नंबर पर फोन किया तो रात नू असीं फटाफट उत्थे गए मैं भी संबंधित महकमे नू फोन कर दिता पर सानू मतलब उन्हां दी जान बचाउण दे लई दरवाजे तोड़ के अंदर वड़ना पैंदा रात नू जदों तो फिर अपने सैक्रेटरी नू नाल भी लैके गए कई बार तो कई बार फोन पर लैना पैंदा वीडियो कॉलिंग ते किहड़ा इंजैक्शन लगाना भावें कानून सानू इजाजत नहीं दिंदा पर साडे सामने सवाल हुंदा भी हुण कानून बचाइए कि नागरिक बचाइए तो इस करके मतलब इहो जिहियां चीज़ां जिहड़ियां इन्हां नाल दिन रात उत्थे संघर्ष करना जिहड़ा पैंदा प्रशासनिक तौर पर जिहड़ियां जिहड़ियां दिक्कत आउंदियां ने। हाँ जी तुसीं जिहड़ी गल जिवें दस रहे हो औरतां दे रेप करके बच्चियां दे रेप करके उन्हां नूं सड़क किनारे या झाड़ियां सुट देना और जिहड़ी दरिंदगी दा नाच मैं कहांगा उसे समाज दे विच लोक जिहड़े हन जी उह करन वाले दरिंदे भी बैठे हन ते अजिहे भी कुछ लोक हुंदे हन जिहड़े कि अड़िक्का भी बणदे हन। मैं नहीं कहांगा कि धार्मिक तौर दे उत्ते या कोई समाज जिहड़ा प्रशासनिक तौर दे उत्ते भी अड़िक्के पैंदे होणगे ਇਹ ਜਿਹੜਾ ਕਾਰਜ ਹੈ ਜੀ ਬੜਾ ਵੱਡਾ ਔਖਾ ਕਾਰਜ ਹੈ ਤੋ ਇਹਦੇ ਵਿੱਚ ਤੁਹਾਨੂੰ ਪ੍ਰਸ਼ਾਸਨ ਸਮਾਜ ਅਤੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਉਹਨਾਂ ਵੱਲੋਂ ਸਹਿਯੋਗ ਹੱਲਾਸ਼ੇਰੀ ਜਾਂ ਕੋਈ ਇੱਦਾਂ ਦਾ ਪ੍ਰੋਤਸਾਹਨ ਮਿਲਦਾ ਜੀ? ਸਾਡੇ ਜੇ ਮਾਇੰਡਸੈਟ ਇੱਦਾਂ ਦੇ ਉੱਥੇ ਨਹੀਂ ਬਣੇ ਜੇ ਬਣਦੇ ਤਾਂ ਇਹ ਅੱਜ ਹਾਲਾਤ ਇਹ ਨਾ ਹੁੰਦੇ ਕਿ ਆਪਣੀ ਹੀ ਕੋਠੀ ਦੇ ਵਿੱਚ ਜਿਹਦੇ ਕੋਲ ਪੈਸੇ ਵੀ ਹੈਗੇ ਉਹ ਵੀ ਤੜਫ ਰਿਹਾ ਅਤੇ ਉਹਨੂੰ ਹੋਸਪਿਟਲ ਸ਼ਿਫਟ ਕਰਨ ਦੀ ਸਾਡੇ ਕੋਲ ਪੋਲਿਸੀ ਨਾ ਹੋਵੇ ਅਤੇ ਇੱਕ ਪਿੰਡ ਏਡਾ ਵੱਡਾ ਜਿਹਦੇ ਵਿੱਚ ਧਰਮ ਦੇ ਨਾਂ 'ਤੇ ਕੇਂਦਰ ਇੰਨੇ ਬਣ ਗਏ ਇੱਕ ਬਜ਼ੁਰਗ ਨੂੰ ਜਦੋਂ ਸੜਕ ਤੋਂ ਚੱਕਿਆ ਇੱਕ ਨਹੀਂ ਵੈਸੇ ਤਾਂ ਬਹੁਤ ਸਾਰੀਆਂ ਦਰਦ ਭਰੀਆਂ ਕਹਾਣੀਆਂ ਅਤੇ ਰੋਪੜ ਦੇ ਏਰੀਏ 'ਚੋਂ ਜਦੋਂ ਮੈਨੂੰ 2 ਬਜ਼ੁਰਗਾਂ ਦੀ ਗੱਲ ਕਰਨ 'ਤੇ ਉਹਨਾਂ ਦੇ ਇਹੀ ਅਤੇ ਉਹਨਾਂ ਨੇ ਅਖੀਰ 'ਤੇ ਦੱਸਦੇ ਕਹਿੰਦੇ ਹੇ ਮਾਲਕ ਤੇਰੇ ਨਾਂ 'ਤੇ ਘਰ ਤਾਂ ਰੋਜ਼ ਨਵੇਂ ਨਵੇਂ ਬਣ ਰਹੇ ਆ ਪਰ ਤੇਰੇ ਬੰਦੇ ਨੇ ਆਸਰੇ ਰੋਲ ਕੇ ਮਰ ਰਹੇ ਆ ਤੇਰੇ ਘਰਾਂ ਨੂੰ ਸੋਨਾ ਲਾ ਲਾ ਕੇ ਸ਼ਿੰਗਾਰਿਆ ਜਾ ਰਿਹਾ ਪਰ ਤੇਰਾ ਬੰਦਾ ਜਿਹੜਾ ਬੇਸਹਾਰਾ ਅਤੇ ਨਿਆਸਰਾ ਉਹ ਦੁਰਖਾਰਿਆ ਜਾ ਰਿਹਾ ਕੈਸਾ ਧਰਮ ਹੈ ਰੂਹਾਨੀਅਤ ਕੈਸੀ ਹੈ ਕਹਿੰਦੇ ਕੈਸੀ ਸਮਾਜ ਸੇਵਾ ਇਨਸਾਨੀਅਤ ਕੈਸੀ ਹੈ ਵੀ ਦਿਆ ਵਿੱਚੋਂ ਧਰਮ ਜਨਮ ਲੈਂਦਾ ਧੌਲ ਧਰਮ ਦਿਆ ਕਾ ਪੂਤ ਵੀ ਦਿਆ 'ਚੋਂ ਧਰਮ ਜਨਮ ਲੈਂਦਾ ਦਿਆ ਦਾ ਤਾਂ ਕਲ ਵੱਧਦਾ ਜਾ ਰਿਹਾ ਅੱਜ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਦੇ ਲੋਕਤੰਤਰ ਦੇਸ਼ ਦੇ ਵਿੱਚ ਨਿਆਸਰਾ ਲਾਚਾਰ ਜਿਹੜਾ ਨਾਗਰਿਕ ਕਿਸੇ ਵੀ ਉਮਰ 'ਚ ਹੋ ਗਿਆ ਉਹ ਰੋਲ ਕੇ ਮਰਦਾ ਜਾ ਰਿਹਾ ਹੈਗਾ ਅਤੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਉਹ ਜਦੋਂ ਬਿਆਨ ਕਰਦੇ ਆ ਫਿਰ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਵੀ ਤੁਸੀਂ ਥੋੜ੍ਹਾ ਜਿਹਾ ਬੜਾ ਉਹਨਾਂ ਨੇ ਗਾਉਣਾ ਦਾਇਆਂ ਮੈਂ ਦੌਲਤ ਕਸ਼ੀ ਬੇਸ਼ੁਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ ਮਾਇਆ ਕਾ ਦਵਾਨਾ ਕਹਿ ਮੁਲਕ ਮੇਰਾ ਆਈ ਮੌਤ ਸਿਰ ਪਰ ਕਹਿੰਦੇ ਨਾ ਤੇਰਾ ਨਾ ਮੇਰਾ ਜੋ ਨਲਾਉਂਦੇ ਸੀ ਨਾ ਉਸ ਬਜ਼ੁਰਗ ਨੇ ਮੈਨੂੰ ਬੜਾ ਸੁਣਾਉਣਾ ਬੜਾ ਕੁਛ ਸੁਣਾਉਣਾ ਗੁਰਬਾਣੀ ਬੜੀ ਸੁਣਾਉਣੀ ਅਤੇ ਇਹ ਉਹਨਾਂ ਦੀਆਂ ਦਰਦ ਭਰੀਆਂ ਕਹਾਣੀਆਂ ਕਹਿੰਦੇ ਛੇੜਨਾ ਇਹਨਾਂ ਦਰਦਾਂ ਨੂੰ ਦਰਦ ਵੰਡਾਏ ਨਹੀਂ ਜਾਣੇ ਅਤੇ ਮੈਂ ਹੁਣ ਪਰਸੋਂ ਜੋ ਉੱਥੇ ਵੀ ਬਜ਼ੁਰਗਾਂ 'ਚ ਘੁੰਮ ਰਿਹਾ ਸੀ ਜਦੋਂ ਆਉਣ ਤੋਂ ਪਹਿਲਾਂ ਹੈ ਨਾ ਦੁੱਖ ਦਿਨ ਉਸ ਵੇਲੇ ਵੀ ਮਤਲਬ ਇਹੀ ਉਹਨਾਂ ਦੀਆਂ ਵੀ ਦਰਦ ਜਿਹੜਾ ਨਾ ਉਹਨਾਂ ਦਾ
ਇਹ ਮਤਲਬ ਬਾਕੀ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਹੁੰਦਾ ਵੀ ਅਸੀਂ ਮੈਂਟਲ ਅਤੇ ਫਿਜ਼ੀਕਲ ਕੰਡੀਸ਼ਨ ਦੇ ਮੁਤਾਬਕ ਅਲੱਗ ਅਲੱਗ ਵਿੰਗ ਬਣਾਉਣੇ ਉਹਨਾਂ ਦੇ ਲਈ, ਉਹ ਵਿੰਗ ਬਣਾਉਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲਗਾਤਾਰ ਯਤਨਸ਼ੀਲ ਹਾਂ ਵੀ ਸਰਕਾਰਾਂ ਨੂੰ ਵੀ ਬੇਨਤੀ ਕਰ ਰਹੇ ਹੈਗੇ ਹਾਂ ਵੀ ਤੁਸੀਂ ਇਹਨਾਂ 'ਤੇ ਟੈਕਸ ਨਾ ਲਾਓ, ਇਹਨਾਂ 'ਤੇ ਡਿਵੈਲਪਮੈਂਟ ਫੀਸ ਨਾ ਲਓ, ਕਿਉਂਕਿ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਉਹ ਤਾਂ ਆਪਾਂ ਸਰਕਾਰ ਨੇ ਹੀ ਦੇਣੀ ਹੈ ਨਾ, ਅਤੇ ਜੇਕਰ ਸਰਕਾਰ ਵੱਲੋਂ ਕੋਈ ਕਮੀ ਰਹਿ ਗਈ ਨਹੀਂ ਦਿੱਤੀ ਜਾ ਰਹੀ ਤਾਂ ਸਾਨੂੰ ਤਾਂ ਹੁਣ ਸੰਗਤ ਦੇ ਸਹਿਯੋਗ ਦੇ ਨਾਲ ਬਣਾ ਲੈਣ ਦਿਓ ਵੀ ਇਹਦੇ 'ਤੇ ਤੁਸੀਂ ਜਿਹੜੀ ਕੰਸਟਰਕਸ਼ਨ ਫੀਸ ਲਈ ਹੈ ਇਹ ਨਾ ਲਾਓ ਅਤੇ ਬਿਜਲੀ ਦੇ ਵੀ ਇੰਨੇ ਖਰਚੇ, ਅਤੇ ਇਸ ਕਰਕੇ ਸਾਰਾ ਕੁਝ ਸਾਡੀ 32 ਲੱਖ ਰੁਪਏ ਉੱਥੇ ਸੈਲਰੀ ਹੁੰਦੀ ਹੈ ਜੀ, 32 ਲੱਖ ਰੁਪਈਆ ਪਰ ਮੰਥ ਜਿਹੜੀ ਟੀਮ ਨੂੰ ਸੈਲਰੀ ਦਿੰਦੇ ਹਾਂ, ਅਤੇ ਉਹ ਅਸੀਂ ਸਾਨੂੰ ਵਿੱਚ ਲੋਨ ਵੀ ਚੱਕਣੇ ਪੈਂਦੇ ਹਾਂ, ਅਤੇ ਹੁਣ ਵੀ ਜਿਹੜੀ ਕੋਈ ਚੀਜ਼ ਚਾਹੀਦੀ ਸੀ ਅਤੇ ਜਦੋਂ ਕੋਈ ਹੱਲ ਨਹੀਂ ਹੈ, ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਲੋਨ ਲਓ, ਘਰ 'ਚ ਲੈਂਦੇ ਹੀ ਹੈ ਸਾਰੇ ਵੀ ਸਾਡਾ ਵੀ ਘਰ ਹੈ, ਆਪਣੇ ਵਿਸ਼ਵਾਸਾਂ ਦੇ ਨਾਲ ਅਸੀਂ ਸਾਰੇ ਲੱਗੇ ਹਾਂ, ਪਰ ਸੰਗਤ ਦੇ ਸਹਿਯੋਗ ਨਾਲ ਜਿਵੇਂ 2000 ਤੋਂ ਉੱਪਰ 2100 ਦੇ ਕਰੀਬ ਨਾਗਰਿਕ ਉੱਥੇ ਦਾਖਲ ਹੋਏ ਅਤੇ ਕੋਈ 125 ਨਾਗਰਿਕ ਹੈਗੇ ਹੈ ਜਿਹੜੇ ਕਿ ਸਾਰੇ ਤਰ੍ਹਾਂ ਦੇ ਹੈ ਉਹਨਾਂ ਦੇ ਵਿੱਚ, ਉਹਦੇ 'ਚ ਬੜੇ ਅੱਛੇ ਡਾਕਟਰ, ਫੇਮਸ ਡਾਕਟਰ ਵੀ, ਪ੍ਰੋਫੈਸਰ ਵੀ, ਅਤੇ ਜਿਹੜੇ ਕਿ ਉੱਥੇ ਸੜਕਾਂ ਤੋਂ ਮਿਲੇ ਸਾਨੂੰ, ਜਿਹੜੇ ਕਿ ਬੜੀ ਜਲਦੀ ਇੰਪਰੂਵ ਹੋਏ, ਮਤਲਬ ਤੁਸੀਂ ਕਹਿਣਾ ਸੈਕਰੇਟਰੀ ਸਟੇਟ ਦੇ ਜੀ, ਹਾਂ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਡਾਕਟਰ ਦੇ ਕਿੱਤੇ ਵਾਲੇ ਜਾਂ ਸੈਕਰੇਟਰੀ ਆਫ ਦਾ ਸਟੇਟ ਜਿਹੜੇ IAS ਆਫੀਸਰ ਟਾਈਪ ਲੈਵਲ ਦੇ ਬੰਦੇ ਹੁੰਦੇ ਨੇ ਉਹ ਵੀ ਬੇਸਹਾਰਾ ਹੋ ਜਾਂਦੇ ਹਨ। ਸੋ ਕਹਿਣ ਦਾ ਮਤਲਬ ਅਸੀਂ ਇਹ ਨਹੀਂ ਕਿ ਅਸੀਂ ਇਹ ਗੱਲ ਵਧਾ ਚੜਾ ਕੇ ਕਰਨ ਦੇ ਲਈ ਤੁਹਾਨੂੰ ਦੱਸ ਰਹੇ ਹਾਂ। ਸੋ ਗੱਲ ਸ਼ਮਸ਼ੇਰ ਸਿੰਘ ਜੀ ਇਹ ਹੈ, ਮੈਂ ਆਪਣੇ ਚਾਹਾਂਗਾ ਕਿਉਂਕਿ ਅਸੀਂ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਔਰ ਮੈਂ ਆਪਣੇ ਦਰਸ਼ਕਾਂ ਨੂੰ ਪ੍ਰਭ ਆਸਰਾ ਦਾ ਐਡਰੈਸ ਵੀ ਸਕਰੀਨ ਦੇ ਉੱਤੇ ਅਸੀਂ ਦਿਖਾ ਰਹੇ ਹਾਂ ਔਰ ਬਿਲਡਿੰਗ ਦੀਆਂ ਤਸਵੀਰਾਂ ਜਾਂ ਜੋ ਕੁਛ ਤੁਸੀਂ ਵੇਖ ਰਹੇ ਹੋ ਤੁਸੀਂ ਜਾਓ ਉੱਥੇ ਵੇਖੋ, ਆਪਣੇ ਅੱਖੀਂ ਵੇਖ ਕੇ ਆਓ। ਔਰ ਜਿਵੇਂ ਕਹਿੰਦੇ ਨੇ ਨਾ ਜੀ, ਮੱਕੇ ਗਿਆਂ ਬਿਨਾਂ ਹੱਜ ਨਹੀਂ ਹੁੰਦਾ, ਅਤੇ ਮੈਂ ਇਹ ਕਹਾਂਗਾ ਜੀ ਕਿ ਬਹੁਤ ਪਾਰਟੀਆਂ ਕਰ ਲਈਆਂ, ਬਹੁਤ ਤੁਸੀਂ ਅਸੀਂ ਘੁੰਮ ਲਏ, ਵਿਦੇਸ਼ਾਂ 'ਚ ਘੁੰਮ ਲਏ, ਸੈਰਾਂ ਸੈਰ ਸਪਾਟੇ ਕਰ ਲਏ, ਇੱਕ ਜਿਹੜਾ ਜਦੋਂ ਕਦੇ ਪੰਜਾਬ 'ਚ ਜਾਂਦੇ ਹੋ ਚੰਡੀਗੜ੍ਹ ਤੁਹਾਡਾ ਜ਼ਰੂਰ ਜਾਣਾ ਹੁੰਦਾ ਹੋਏਗਾ। ਚੰਡੀਗੜ੍ਹ ਤੋਂ ਬਿਲਕੁਲ ਨਜ਼ਦੀਕ ਹਾਈਵੇ ਦੇ ਉੱਤੇ, ਰੋਪੜ ਵਾਲੇ ਹਾਈਵੇ ਦੇ ਉੱਤੇ, ਚੰਡੀਗੜ੍ਹ ਟੂ ਰੋਪੜ ਜਿਹੜਾ ਹਾਈਵੇ ਹੈ ਵਾਇਆ ਖਰੜ, ਇਹ ਨਾ ਹੋਵੇ ਕਿ ਤੁਸੀਂ ਬਾਈਪਾਸ ਕਰਕੇ ਚੱਲ ਜਾਓ, ਉਸ ਦੇ ਉੱਤੇ ਖਰੜ ਔਰ ਕੁਰਾਲੀ ਦੇ ਵਿਚਕਾਰ ਜਿਹੜਾ ਹੈ ਜੀ ਪ੍ਰਭ ਆਸਰਾ ਜਿਹੜਾ ਸੰਸਥਾ ਤੁਹਾਨੂੰ ਬਿਲਕੁਲ ਤੁਸੀਂ ਮਿਸ ਨਹੀਂ ਕਰੋਗੇ। ਉੱਥੇ ਇੱਕ ਵਾਰੀ ਜਾ ਕੇ ਤੁਸੀਂ ਦੇਖੋ, ਅਸੀਂ ਤੁਹਾਨੂੰ ਬਸ ਇਹੀ ਅਪੀਲ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਨਿਆਸਰਾਂ ਦਾ ਆਸਰਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਹੈ ਔਰ ਉਸੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਤੁਹਾਨੂੰ ਸਾਨੂੰ ਇਹ ਸਮਰੱਥ ਅਤੇ ਸਮਰੱਥਾ ਜਿਹੜੀ ਬਖਸ਼ੀ ਹੈ, ਉਹ ਸਮਰੱਥਾ ਦੇ ਵਿੱਚੋਂ ਤਿਲ ਫੁੱਲ ਜਿਹੜਾ ਹੈ ਜੀ ਹੁੰਦਾ ਨਾ ਜੀ, ਇੱਕ ਇੱਕ ਬੂੰਦ ਬੂੰਦ ਨਾਲ ਸਾਗਰ ਜਿਹੜਾ ਘੜਾ ਫਿਰ ਸਾਗਰ ਭਰ ਜਾਂਦੇ ਨੇ, ਤੋ ਉਹ ਬੂੰਦ ਦੀ ਜਿਹੜੀ ਅਸੀਂ ਉਮੀਦ ਕਰ ਰਹੇ ਹਾਂ ਤੁਹਾਡੇ ਕੋਲ ਔਰ ਅਪੀਲ ਵੀ ਕਰ ਰਹੇ ਹਾਂ, ਅਤੇ ਪੁਰਜ਼ੋਰ ਮੇਰੀ ਇਹ ਅਪੀਲ ਆਪ ਸਭ ਦਰਸ਼ਕਾਂ ਨੂੰ ਕਿ ਤੁਸੀਂ ਐਟਲੀਸਟ ਇੱਕ ਵਾਰੀ ਜਾ ਕੇ ਉੱਥੇ ਜ਼ਰੂਰ ਵਿਜ਼ਿਟ ਕਰੋ ਔਰ ਆਪਣੇ ਬੱਚਿਆਂ ਨੂੰ ਆਪ ਅਤੇ ਆਪਣੇ ਮਾਂ ਬਾਪ ਨੂੰ ਵੀ ਉੱਥੇ ਲੈ ਕੇ ਜਾਓ। ਔਰ ਤੁਸੀਂ ਧੰਨ ਭਾਗ ਤੁਹਾਡੇ ਔਰ ਤੁਸੀਂ ਬਹੁਤ ਇਸ ਗੱਲੋਂ ਖੁਸ਼ਕਿਸਮਤ ਹੋ ਕਿ ਤੁਸੀਂ ਇੱਕ ਪਰਿਵਾਰ ਦੇ ਵਿੱਚ ਇਕੱਠੇ ਰਹਿ ਰਹੇ ਹੋ। ਉਹ ਸੋਚੋ ਉਹਨਾਂ ਪਰਿਵਾਰਾਂ ਬਾਰੇ, ਉਹਨਾਂ ਮਾਪਿਆਂ ਬਾਰੇ ਜਿਨ੍ਹਾਂ ਦੇ ਬੱਚੇ ਜਾਂ ਇਸ ਦੁਨੀਆਂ 'ਚ ਨਹੀਂ ਹੈਗੇ ਜਾਂ ਜਿਨ੍ਹਾਂ ਦੇ ਬੱਚਿਆਂ ਵੱਲੋਂ ਮਾਂ ਬਾਪ ਨੂੰ ਤਿਆਗ ਦਿੱਤਾ ਗਿਆ ਜਾਂ ਆਪਣੀਆਂ ਬੱਚੀਆਂ ਨੂੰ ਮਾਵਾਂ ਵੱਲੋਂ ਤਿਆਗ ਦਿੱਤਾ ਗਿਆ। ਸੋ ਇਹ ਮਨੁੱਖਤਾ ਨੂੰ ਬਚਾਉਣ ਦਾ ਇੱਕ ਉਪਰਾਲਾ, ਇੱਕ ਕਦਮ ਹੈ। ਸੋ ਪ੍ਰਭ ਆਸਰਾ ਦੇ ਵਿੱਚ ਨਾਲ ਕਿੱਦਾਂ ਜੁੜਿਆ ਜਾ ਸਕਦਾ ਜੀ, ਕਿੱਦਾਂ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ ਸਾਡੇ ਦਰਸ਼ਕਾਂ ਨੂੰ? ਹਾਂਜੀ, ਪ੍ਰਭ ਆਸਰਾ ਦੀ ਜਿਵੇਂ ਵੈਬਸਾਈਟ 'ਤੇ ਜਾ ਕੇ prabhasra.org 'ਤੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੈਗੇ ਜੀ, ਅਤੇ ਉਹਦੇ 'ਤੇ ਪ੍ਰਭ ਆਸਰਾ ਦਾ ਮਤਲਬ ਪੇਜ ਵੀ ਹੈਗਾ ਬਣਿਆ ਹੋਇਆ, ਅਤੇ ਵੈਬਸਾਈਟ ਦੇ ਉੱਤੇ ਇਨਫੋਰਮੇਸ਼ਨ ਹੈਗੀ ਹੈ ਜੀ, ਅਤੇ ਨੰਬਰ ਜਿਹੜੇ ਹੈਗੇ ਉਹਦੇ ਉੱਤੇ ਹੈਗੇ ਹੈ, ਜਾਂ ਮੇਰੇ ਕੋਲ ਨੰਬਰ 24 ਘੰਟੇ ਜਿਹੜਾ ਚੱਲਦਾ ਹੁੰਦਾ ਉਹਦੇ ਵਿੱਚ 98-151-09-8-151-037-93 ਇਹ ਵਟਸਐਪ ਹਰ ਵੇਲੇ ਇੱਥੇ ਚੱਲਦਾ ਹੁੰਦਾ ਜੀ। ਜਿਹੜਾ ਕੈਨੇਡਾ ਦਾ ਨੰਬਰ ਹੈਗਾ ਉਹ 604-364-6-04-365-13-00 'ਤੇ ਕਿਸੇ ਵੇਲੇ ਵੀ ਕੰਟੈਕਟ ਕੀਤਾ ਜਾ ਸਕਦਾ, ਕਿਉਂਕਿ ਸੁਝਾਅ ਤੁਸੀਂ ਜਿੱਦਾਂ ਅਜਹਾਰ ਕਹਿ ਲਓ ਆਪਣੇ ਵੋਇਸਲੈਸ ਜਿਹੜੇ ਹੋ ਚੁੱਕੇ ਸਾਡੇ ਸਾਥੀ ਹੈ ਨਾ, ਉਹਨਾਂ ਦੇ ਬਾਰੇ ਕਿੱਦਾਂ ਵਿਚਾਰ ਕੀਤਾ ਅਤੇ ਉਹਨਾਂ ਦੀ ਹਾਲਤ ਦਾ ਕਿੱਦਾਂ ਇਜ਼ਹਾਰ ਕੀਤਾ। ਨਾਗਰਾ ਸਾਹਿਬ, ਤੁਹਾਡੀਆਂ ਭਾਵਨਾਵਾਂ ਨੂੰ ਸਲੂਟ ਹੈ, ਆਪਣੇ ਲਈ ਤਾਂ ਸਾਰੇ ਹੀ ਕਰਦੇ ਹਾਂ ਪਰ ਉਹ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰ ਜਿਨ੍ਹਾਂ ਲਈ ਤੁਸੀਂ ਕੀਤਾ, ਅਤੇ ਸਮੂਹ ਸਰੋਤੇ ਜਿਹੜੇ ਹੈਗੇ ਹੈ ਜਿਹਨਾਂ ਨੇ ਇੰਨਾ ਆਪਣਾ ਕੀਮਤੀ ਸਮਾਂ ਦਿੱਤਾ ਜੀ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ।